बस स्टैंड घनौर जिला पटियाला। तुसीं देख सकते होंगे कि इस बस स्टैंड नूं भावें कि नवें बस स्टैंड वजों विकसित करन दी कोशिश चल रही है, पर इस वक्त जिहड़े हालात ने तुसीं देखो भगवंत मान साहब दे पोस्टर लाउणे तां इस बस स्टैंड दे विच जायज़ ने, पर जिहड़ियां सवारियां ने उहनां दे बैठण वास्ते कोई भी जगह इत्थे नहीं है। तुसीं देख सकते होंगे कि जिहड़े लोक ने वो थल्ले बैठे ने। और दूसरी गल, इस बस स्टॉप दे विच हर रोज़ पटियाला अंबाला तक बसा जांदियां ने राजपुरा घनौर। इस तो इलावा जेकर आप गल करिए पिछले सरकार दौरान इस बस स्टैंड दे इस लैंटर दा नी ਤੁਹਾਨੂੰ ਕੀ ਲੱਗਦਾ ਕਾਰਨ ਕੀ ਆ, ਕਿਉਂ ਨਹੀਂ ਹੋ ਸਕਿਆ ਇਹ? ਜੀ, ਹੋਰ ਕੀ ਸਮੱਸਿਆ ਇੱਥੇ? ਜੀ, ਪੂਰਾ ਨਹੀਂ ਹੋ ਸਕਿਆ, ਇਹਦੇ ਪਿੱਛੇ ਕੀ ਕਾਰਨ ਹੈ ਜੀ? ਕਾਰਨ ਸਫਾਈ ਹੋਈ ਹੈ, ਰੋੜੀ ਰਾੜੇ ਕੋਲ ਚੱਕੀ ਹੈ, ਪਿੱਛੇ ਬੱਸਾਂ ਨੇੜੇ ਲੱਗਦੀਆਂ ਰਹਿਣ ਤੇ ਆਪੇ। ਕੀ ਕਹਿਣਾ ਚਾਹੁੰਦੇ ਹੋ ਗੁਲਾਲ ਘਨੌਰ ਨੂੰ, ਜਿਹੜੇ ਐਮ ਐਲ ਏ ਨੇ ਇੱਥੋਂ ਦੇ? ਸਫਾਈ ਰੱਖਣੀ ਚਾਹੀਦੀ, ਸਫਾਈ ਹੋਣੀ ਚਾਹੀਦੀ। ਅੱਛਾ ਜੀ, ਕੀ ਕਹਿਣਾ ਚਾਹੁੰਦੇ ਸਰ, ਕਿੱਦਾਂ ਦੀ ਸਮੱਸਿਆ ਹੈਗੀ ਆ ਇਸ ਅੱਡੇ ਦੇ ਵਿੱਚ? ਦੇਖੋ ਜੀ, ਆ ਤੁਸੀਂ ਆ ਦੇਖਦੇ ਹੀ ਪਏ ਹੋ ਕਿੰਨਾ ਕਬਾੜ ਖੰਡ ਪਿਆ ਹੈ। ਸਫਾਈ ਉਹਨਾਂ ਨੂੰ ਕਹੀਏ ਸਫਾਈ ਕਰੋ, ਸਫਾਈ ਵੀ ਨਹੀਂ ਕਰਦੇ। ਤੇ ਲੋਕਾਂ ਨੂੰ ਕੀ ਕੀ ਸਮੱਸਿਆਵਾਂ ਆ ਰਹੀਆਂ ਨੇ ਜਿਹੜੇ ਜਾ ਰਹੇ ਨੇ? ਇੱਥੇ ਬਹਿਣ ਦੀ ਬੜੀ ਸਮੱਸਿਆ ਜੀ, ਨਾ ਕੋ ਅੱਡੇ ਦਾ ਦੇਖ ਲਓ ਕੀ ਹਾਲ ਹੈ। ਮੋਟਰਸਾਈਕਲ ਗੱਡੀਆਂ ਵਾਲਿਆਂ ਨੂੰ ਸਮੱਸਿਆ ਹੈ, ਮੋਟਰਸਾਈਕਲ ਸਕੂਟਰ ਕਾਰਾਂ ਗੱਡੀਆਂ ਵੇਖੋ ਕਿਸ ਤਰ੍ਹਾਂ ਖੜੇ ਨੇ। ਨਹੀਂ, ਜਦੋਂ ਇੱਥੇ ਪਿਛਲੀ ਵਾਰ ਨੀਂਹ ਪੱਥਰ ਰੱਖਿਆ ਸੀਗਾ, ਇਹਦਾ ਕੰਪਲੀਟ ਨਹੀਂ ਸੀ ਕਰਨ ਦਾ ਆਰਡਰ, ਠੇਕਾ ਕਿਹਦੇ ਕੋਲ ਸੀਗਾ ਇਹ? ਠੇਕਾ ਤੇ ਕਿਰਾਇਆ ਤੇ ਰਾਜਾ ਵੜਿੰਗ ਕਹਿੰਦਾ ਸੀ, ਮਤਲਬ ਮੈਂ 84 ਲੱਖ ਨਗਰ ਦਿੱਤਾ ਜੀ। ਪਰ ਬਾਕੀ ਆ ਤੁਹਾਡੇ ਸਾਹਮਣੇ ਹੀ ਹੋਇਆ ਜੀ ਕੁਛ। ਨਹੀਂ, ਠੇਕੇਦਾਰ ਜਿਹੜਾ ਸੀਗਾ ਅੱਧਾ ਕੰਮ ਕਰ ਗਿਆ, ਉਹਦੀ ਪੇਮੈਂਟ ਨਹੀਂ ਹੋਈ ਜਾਂ ਫਿਰ ਕੋਈ ਪ੍ਰੋਬਲਮ ਹੋ ਰਹੀ ਆ? ਪਤਾ ਨਹੀਂ ਜੀ, ਉਹ ਤਾਂ ਇਹੀ ਕਹਿੰਦਾ ਮੈਨੂੰ ਪੇਮੈਂਟ ਨਹੀਂ ਮਿਲੀ। ਅੱਛਾ, ਤੇ ਜਿਵੇਂ ਤੁਹਾਨੂੰ ਲੱਗਦਾ ਕਿ ਇੱਥੇ ਬੈਠਣ ਦੀ ਸਮੱਸਿਆ, ਪੀਣ ਵਾਲਾ ਪਾਣੀ ਵੀ ਹੈ ਨਹੀਂ, ਪੱਖੇ ਵੀ ਹੈ ਨਹੀਂ ਗੇ, ਤੇ ਜਿਹੜਾ ਗੁਰਲਾਲ ਘਨੌਰ ਆ ਇਸ ਟਾਈਮ ਕਦੇ ਆਇਆ ਇੱਥੇ? ਇੱਕ ਦਿਨ ਆਇਆ ਹਨਾ ਬਾਪੁਰ ਕੇ ਨਹੀਂ ਆਇਆ ਇੱਥੇ ਕੋਈ ਵੀ। ਮਤਲਬ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਪ੍ਰਸ਼ਾਸਨ ਨੂੰ? ਇਹੀ ਦੇਈ ਜਾਂਦੇ ਜੀ, ਇੱਥੇ ਆਖੇ ਦਾ ਕੰਮ ਹੋਣਾ ਚਾਹੀਦਾ, ਸਫਾਈ ਪਬਲਿਕ ਬਹਿਣ ਵਾਸਤੇ, ਪਾਣੀ ਧਾਣੀ ਵਾਸਤੇ, ਪੀਣ ਵਾਸਤੇ ਬੜਾ ਮੁੱਦਾ ਹੋਣਾ ਚਾਹੀਦਾ ਜੀ। ਹੈਲੋ।